अस्सलाम वालेकुम रहमतुल्लाहि व बरकातहू। की हाल है मेरे भैणा भरावां दा? सारे ठीक ठाक हो, राजी हो, खुश हो? माशाल्लाह माशाल्लाह, इस्लामाबाद बड़ा जबरदस्त मौसम बन गया है ते रब दा खास ही करम हो गया है, खास ही करम होया है। रब अल्लाह ताला दी जात जिहड़ी है ना, वो गफूर रहीम है, वो बड़ी करम वाली है, बड़ी रहमत करती है, बड़ा खास। वेखो ना कि जिहड़े पौधे ने ਉਹਦੇ ਉੱਤੇ ਮਿੱਟੀ ਹੁੰਦੀ ਹੈ, ਪੌਦਿਆਂ ਨੂੰ ਕਿੰਨੀ ਪਾਣੀ ਮਿਲਦਾ, ਕਿੰਨੀ ਉਹ ਮਤਲਬ ਇੱਕ ਇੱਕ ਅਸੀਂ ਬਰੀਕੀ ਨਾਲ ਵੇਖੋ ਨਾ, ਅਤੇ ਰੱਬ ਦੇ ਮਾਮਲਾਤ ਵੇਖੋ ਔਰ ਸਨ ਵੇਖੋ ਕਿ ਅਸੀਂ ਚੱਲਦੇ ਫਿਰਨੇ ਹਾਂ, ਸਨ ਜ਼ਰੂਰਤ ਹੈ, ਮਿੱਟੀ ਖਤਮ ਹੁੰਦੀ ਹੈ, ਸਫਾਈ ਹੋ ਜਾਂਦੀ ਹੈ, ਪਾਣੀ ਜ਼ਰੂਰਤ ਹੋਈ, ਪਾਣੀ ਪੂਰਾ ਹੋ ਜਾਂਦਾ ਹੈ, ਫਸਲਾਂ ਨੂੰ ਪਾਣੀ ਪੂਰਾ ਹੋ ਜਾਂਦਾ। ਰੱਬ ਦਾ ਕਿਹੜਾ ਕਿਹੜੇ ਸ਼ੁਕਰ ਅਦਾ ਕਰੀਏ ਅਸੀਂ, ਔਰ ਅਸੀਂ ਇਤਨੇ ਲਾਪਰਵਾਹ ਹਾਂ ਕਿ ਉਹਦਾ ਸ਼ੁਕਰ ਹੀ ਨਹੀਂ ਅਦਾ ਕਰ ਸਕਦੇ। ਮਰਾ ਮਤਲਬ ਇੱਕ ਨਮਾਜ਼ ਪੜ੍ਹਨੀ ਹੈ ਅਤੇ ਉਹ ਜਲਦੀ ਜਲਦੀ ਵਾਲਾ ਨਮਾਜ਼ ਵਾਲਾ ਮੁਕਾ ਜਾਂ ਨਮਾਜ਼ ਵਾਲਾ ਮੁਕਾ ਲਈਏ, ਨਮਾਜ਼ ਵਾਲਾ ਮੁਕਾ ਨਾ ਲਿਆ ਕਰੋ। ਪਹਿਲੇ ਨਮਾਜ਼ ਵਾਲਾ ਕੰਮ ਬਿਹਤਰੀਨ ਤਰੀਕੇ ਨਾਲ ਆਰਾਮ ਨਾਲ ਕੀਤਾ, ਬਾਕੀ ਕੰਮ ਮੁਕਾਉਣੇ ਵਾਲਾ ਕੀਤਾ ਜਲਦੀ ਵਾਲੇ। ਨਮਾਜ਼ ਜਿਹੜੀ ਉਹ ਤਮਾਮ ਨਾਲ ਪੜਿਆ ਕਰੋ ਤਾਂ ਕਿ ਤਮਾਮ ਨਾਲ ਰੱਬ ਨੂੰ ਯਾਦ ਕਰਿਆ ਕਰੋ, ਤਮਾਮ ਨਾਲ ਰੱਬ ਦੇ ਮਾਮਲਾਤ ਰੱਬ ਨਾਲ ਮੁਹੱਬਤ ਕੀਤਾ ਕਰੋ, ਔਰ ਮੈਕਸੀਮਮ ਕੋਸ਼ਿਸ਼ ਕਰਿਆ ਕਰੋ ਦਰੂਦ ਸ਼ਰੀਫ ਪੜਿਆ ਕਰੋ, ਦਰੂਦ ਸ਼ਰੀਫ ਹਰ ਵਕਤ ਪੜਿਆ ਰਿਹਾ ਕਰੋ, ਪੜ੍ਹਦੇ ਰਿਹਾ ਕਰੋ। ਅਗਰ ਤੁਹਾਡਾ ਅਗਰ ਤੁਸੀਂ ਵਜ਼ੂ 'ਚ ਨਹੀਂ ਹੋ, ਕਿਸੇ ਵਜ੍ਹਾ ਤੋਂ ਵਜ਼ੂ 'ਚ ਨਹੀਂ ਹੋ, ਤਾਂ ਤੁਸੀਂ ਦਿਲ ਵਿੱਚ ਪੜ੍ਹ ਲਓ ਸਭ ਤੋਂ ਛੋਟਾ ਦਰੂਦ ਸ਼ਰੀਫ ਹੈ, ਸੱਲੱਲਾਹੁ ਅਲੈਹਿ ਵਸੱਲਮ, ਸੱਲੱਲਾਹੁ ਅਲੈਹਿ ਵਸੱਲਮ, ਇਹ ਦਰੂਦ ਸ਼ਰੀਫ ਪੜ੍ਹ ਲਿਆ ਕਰੋ, ਇਹ ਦਿਲ 'ਚ ਪੜ੍ਹ ਲਿਆ ਕਰੋ। ਵੈਸੇ ਅਫਜ਼ਲ ਦਰੂਦ ਸ਼ਰੀਫ ਹੈ ਨਮਾਜ਼ ਵਾਲਾ, ਜਿਹੜਾ ਅੱਲਾ ਮਸੱਲੇ ਲਾ ਮੁਹੰਮਦ ਮਸੱਲੇ ਤਾਲਾ ਇਬਰਾਹਿਮ, ਉਹ ਤੁਸੀਂ ਵਜ਼ੂ 'ਚ ਹੋ ਤਾਂ ਉਹ ਫਿਰ ਪੜ੍ਹ ਲਿਆ ਕਰੋ, ਔਰ ਉਹ ਵੀ ਪੜ੍ਹਿਆ ਕਰੋ, ਇਹ ਵੀ ਪੜ੍ਹਿਆ ਕਰੋ, ਔਰ ਨਮਾਜ਼ 5 ਵਕਤ ਪੜ੍ਹਿਆ ਕਰੋ। ਵੇਖੋ ਰੱਬ ਦੇ ਮਾਮਲਾਤ, ਰੱਬ ਨੇ ਅੱਲਾ ਤਾਲਾ ਨੇ ਕਿਵੇਂ ਬਾਰਿਸ਼ ਕਰਾਈ ਹੈ, ਫਿਰ ਧੁੱਪ ਝਾੜਦਾ ਹੈ, ਫਿਰ ਸਾਨੂੰ ਧੁੱਪ ਵੀ ਜ਼ਰੂਰਤ ਹੁੰਦੀ ਹੈ, ਸਾਨੂੰ ਬਾਰਿਸ਼ ਦੀ ਵੀ ਜ਼ਰੂਰਤ ਹੁੰਦੀ ਹੈ। ਉਹਨੇ ਕੀ ਸਾਡੇ ਵਾਸਤੇ ਬਣਾਇਆ, ਕੀ ਪਿਆਰ ਕਰਦਾ ਸਾਡੇ ਨਾਲ, ਔਰ ਇਤਨੀ ਮੁਹੱਬਤ ਕਰਦਾ, ਔਰ ਅਸੀਂ ਇਤਨੇ ਬੇਕਾਰ ਹਾਂ, ਅਸੀਂ ਉਹਦੇ ਨਾਲ ਇਤਨਾ ਪਿਆਰ ਹੀ ਨਹੀਂ ਕਰ ਸਕਦੇ, ਔਰ ਉਹਦੀ ਜੋ ਉਹਦੀ ਮਰਜ਼ੀ ਮੰਨ ਹੀ ਨਹੀਂ ਸਕਦੇ। ਖੁਦਾ ਦੀ ਕਸਮ, ਤੁਸੀਂ ਥੋੜ੍ਹਾ ਜਿਹਾ ਕਰ ਲਓ ਨਾ, ਅਸੀਂ ਥੋੜ੍ਹਾ ਬੜਾ ਕਰ ਲਈਏ ਅਤੇ ਰੱਬ ਦੀ ਖਾਸ ਰਹਿਮਤ ਹੋ ਜਾਂਦੀ ਹੈ, ਅਤੇ ਅਸੀਂ ਸਾਡੇ ਖਾਸ ਕਰਮ ਹੋ ਜਾਂਦਾ, ਅਤੇ ਰੱਬ ਸਾਨੂੰ ਪਰ ਸ਼ਰਮਿੰਦਾ ਹੋਣ ਦੇ ਕਿਸੇ ਜਗ੍ਹਾ 'ਤੇ, ਕਿਸੇ ਮੋੜ 'ਤੇ, ਔਰ ਕਿਸੇ ਮਤਵਾਜੀ ਜਾਂ ਕਿਸੇ ਕਿਸਮ ਦੀ ਸਾਡੇ ਵਾਸਤੇ ਪਰੇਸ਼ਾਨੀ ਨਹੀਂ ਹੋਣ ਦਿੰਦਾ। ਉਹਦਾ ਉਹ ਬੜਾ ਗਫੂਰ ਰਹੀਮ ਹੈ, ਉਹਦਾ ਖਾਸ ਹੀ ਕਰਮ ਹੈ, ਠੀਕ ਹੈ ਨਾ? ਅਤੇ ਮੇਰਾ ਵੀਡੀਓ ਜਿਹੜੀ ਹੈ, ਤੁਸੀਂ ਚੈਨਲ ਜਿਹੜਾ ਉਹਨੂੰ ਤੁਸੀਂ ਸਬਸਕ੍ਰਾਈਬ ਕਰਨਾ ਜ਼ਰੂਰ, ਔਰ ਬੈੱਲ ਆਈਕਾਨ ਦਾ ਬਟਨ ਦਬਾਉਣਾ, ਔਰ ਸ਼ੇਅਰ ਕਰਨਾ, ਠੀਕ ਹੈ ਨਾ? ਮੈਂ ਅੱਜ ਤੋਂ 3 ਦਿਨ ਹੈ ਨਹੀਂ ਸੀ, ਅਤੇ ਮੈਂ ਇੱਕ ਹਫ਼ਤਾ ਪਿਛਲਾ ਜਿਹੜਾ ਬਿਜ਼ੀ ਰਿਹਾ, ਥੋੜ੍ਹਾ ਐਮਰਜੈਂਸੀ ਹੋ ਗਈ ਸੀ, ਅਤੇ ਉਹਦੀ ਵਜ੍ਹਾ ਤੋਂ ਮੈਂ ਵੀਡੀਓ ਨਹੀਂ ਬਣਾਈ, ਅਤੇ ਹੁਣ ਮੈਂ ਇਸਲਾਮਾਬਾਦ ਆਇਆ, ਅਤੇ ਮੈਂ ਆਖਿਆ ਮੰਡੀ ਬਹੁਤ ਦਿਨ ਗਿਆ ਸੀ, ਅਤੇ ਮੈਂ ਆਖਿਆ ਵੀਡੀਓ ਹੁਣ ਮੈਂ ਬਣਾ ਲਾ, ਠੀਕ ਹੈ ਨਾ? ਅਤੇ ਮਾਸ਼ਾਅੱਲਾ ਵੇਖੋ ਨਾ, ਕਿ ਰੱਬ ਦਾ ਖਾਸ ਹੀ ਕਰਮ ਹੈ, ਇਤਨੀ ਜ਼ਬਰਦਸਤ ਮੌਸਮ ਬਣ ਗਿਆ, ਅਤੇ ਸਾਰਿਆਂ ਭੈਣਾਂ ਭਰਾਈਆਂ ਆਪਣਾ ਖਿਆਲ ਰੱਖਣਾ ਹੈ, ਬਾਰਿਸ਼ ਵਿੱਚ ਇਤਿਆਤ ਕਰਨੀ ਹੈ, ਔਰ ਬਾਅਦ ਸਫ਼ਰ 'ਚ ਗੁਜ਼ਰਨ ਜਾਣਾ, ਅਤੇ ਕਿਸ਼ਨਾ ਸਲਿਪਲੀ ਹੁੰਦੀ ਹੈ, ਸਾਡੀਆਂ ਭੈਣਾਂ ਜਿਹੜੀਆਂ ਜੁੱਤੀਆਂ ਇਸ ਤਰ੍ਹਾਂ ਦੀ ਪਾਈਆਂ ਹੁੰਦੀਆਂ, ਸਲਿਪ ਹੋਣ ਦਾ ਖਤਰਾ ਹੁੰਦਾ, ਇੱਕ ਵਾਰੀ ਟੰਗ ਦਾ ਜਾਂ ਕਿਸੇ ਕਿਸਮ ਦਾ ਅਜ਼ਾਦ ਦਾ ਮਸਲਾ ਬਣ ਜਾਵੇ ਬੁੜਿਆਂ ਬਜ਼ੁਰਗਾਂ ਵਾਸਤੇ, ਅਤੇ ਦੁਬਾਰਾ ਉਹ ਠੀਕ ਨਹੀਂ ਹੁੰਦਾ, ਵਕਤ ਹੱਥ 'ਚੋਂ ਗੁਜ਼ਰਿਆ ਜਿਹੜਾ ਉਹ ਚਲਾ ਜਾਂਦਾ, ਵਾਪਸ ਨਹੀਂ ਆਉਂਦਾ, ਇਸ ਵਾਸਤੇ ਇਤਿਆਤ ਬੜੀ ਜ਼ਰੂਰੀ ਹੈ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਅਸਲਾਮ ਵਾਲੇਕੁਮ ਰਹਿਮਤੁਲਾ ਬਰਕਾਤੋ।